ਫਿਲੋਰ ਗੋਪਾਲ ਕਲੋਨੀ ਫਲੋਰ ਵਿਖੇ ਚਿਸ਼ਤੀ ਸਾਬਰੀ ਸਰਕਾਰ ਸਾਈ ਉਮਰ ਬਖਸ਼ ਭੂਰੀ ਵਾਲੇ ਸਾਈ ਸੁੰਦਰ ਸ਼ਾਹ ਜੀ ਦੇ ਸਾਲਾਨਾ ਜੋੜ ਮੇਲੇ ਦੀ ਸਾਈ ਸੋਢੀ ਸ਼ਾਹ ਜੀ ਦੀ ਬਰਸੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਡੇਰੇ ਦੇ ਮੁੱਖ ਸੇਵਾਦਾਰ ਸਾਈ ਰੇਸ਼ਮ ਅਲੀ ਚਿਸ਼ਤੀ ਸਾਬਰੀ ਵੱਲੋਂ ਆਈਆਂ ਪ੍ਰਮੁੱਖ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਦਾ ਭਰਮਾ ਸਵਾਗਤ ਕੀਤਾ ਗਿਆ। ਤਿੰਨ ਰੋਜ਼ਾ ਸਮਾਗਮ ਵਿੱਚ ਦੂਰ ਦੁਰਾਡੇ ਤੋਂ ਪੁੱਜ ਕੇ ਸੰਗਤਾਂ ਨੇ ਹਾਜ਼ਰੀ ਲਗਵਾਈ ਤੇ ਸੰਤਾਂ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਖਾਸ ਤੌਰ 'ਤੇ ਪਹੁੰਚੇ ਸੂਫੀ ਦਰਗਾਹ ਪ੍ਰਬੰਧ ਕਮੇਟੀ ਪੰਜਾਬ ਵੱਲੋਂ ਬਾਬਾ ਮਨਜੀਤ ਸਾਬਰੀ ਨੇ ਸਾਈਂ ਰੇਸ਼ਮ ਅਲੀ ਸਾਬਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਮੇਲੇ ਵਿੱਚ ਮਲੇਰਕੋਟਲਾ ਦੇ ਕਵਾਲ ਮਨਵਰ ਅਲੀ ਵੱਲੋਂ ਕਵਾਲੀਆਂ ਪੇਸ਼ ਕਰ ਲੋਕਾਂ ਦਾ ਮਨ ਮੋਹਿਆ ਗਿਆ। ਇਸ ਮੌਕੇ ਮਈਆ ਦਰਬਾਰ ਤੋਂ ਬੀਬੀ ਰਾਮ ਪਿਆਰੀ ਸਾਈਂ ਕੁਲਦੀਪ ਮੀਓਵਾਲ, ਬੀਬਾ ਮੋਇਨਾ ਸਾਬਰੀ, ਸੰਦੀਪ ਭੰਡਿਆਰਾ, ਜਗਨਨਾਥ ਜੱਗੀ, ਕਾਮਰੇਡ ਦੇਵ, ਪ੍ਰਿੰਸੀਪਲ ਪ੍ਰੇਮ ਕੁਮਾਰ, ਅਸ਼ੋਕ ਫਲੋਰੀ, ਹੁਸਨ ਲਾਲ ਪਾਲ ਅਤੇ ਹੋਰ ਸੰਗਤਾਂ ਵੀ ਮੌਜੂਦ ਸਨ। ਫਿਲੌਰ ਤੋਂ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ। ਮੁਕੱਦਰ ਮੇ